मजा फिर आऊगा भी कल नूं थोड़ा जिहा काम होर वधे तुसीं जाणा पोस्टां पाउणियां भी फिल्म किद्दां दी लगी सोशल मीडिया ते पाओ है ना ताकि आपां इह जे जिन्ना जोर लग्या गिप्पी बाई जी दा राणा बाई जी दा हंबल मोशन दा भी उह सारा होर चंगी तरह लोकां तिकर सुनेहा पहुँच जे तुसीं इह जिम्मेवारी जरूर निभाउणी आ जे चंगी लगी चंगा लिखणा माड़ी लगी माड़ा लिखणा ਫਿਲਮਾਂ ਬਹੁਤ ਸਾਰੀਆਂ ਬਣਦੀਆਂ ਆਉਣੀਆਂ ਪਰ ਇਹੋ ਇੱਕ ਵੱਖਰੀ ਕਿਸਮ ਦਾ ਸਿਨੇਮਾ ਇਹੋ ਜਿਹੀਆਂ ਫਿਲਮਾਂ ਕਦੀ ਕਦੀ ਬਣਦੀਆਂ ਨੇ ਸੋ ਅਸੀਂ ਸਮਝਦੇ ਹਾਂ ਇਸ ਕਰਕੇ ਅਸੀਂ ਘੁੰਮ ਰਹੇ ਹਾਂ ਕਿ ਮੇਕਰਸ ਦਾ ਪ੍ਰੋਡਿਊਸਰ ਦਾ ਹੌਸਲਾ ਬਣਿਆ ਰਹਿਣਾ ਚਾਹੀਦਾ ਤਾਂ ਕਿ ਇਹੋ ਜਿਹੀਆਂ ਫਿਲਮਾਂ ਸਿਨੇਮੇ 'ਚ ਆਉਂਦੀਆਂ ਰਹਿਣ ਅਸੀਂ ਜਦੋਂ ਆਪਣਾ ਕੰਮ ਕਰਨਾ ਸੀ ਕਰਤਾ ਸੋ ਹੁਣ ਇਹ ਅਗਲਾ ਕੰਮ ਤੁਹਾਡਾ ਜੇ ਤੁਹਾਨੂੰ ਚੰਗੀ ਫਿਲਮ ਲੱਗਦੀ ਹੈ ਤਾਂ ਜ਼ਰੂਰ ਇਹੋ ਜਿਹੀ ਫਿਲਮ ਐਪਰੀਸ਼ੀਏਟ ਕਰੋ ਆਪੋ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਕਿ ਫਿਲਮ ਦੇਖਣ ਵਾਲੀ ਹੈ ਦੇਖੇ ਜਾਣੀ ਚਾਹੀਦੀ ਫਿਲਮਾਂ ਵੱਖਰੀ ਕਿਸਮ ਦੇ ਐਕਸਪੈਰੀਮੈਂਟ ਨਾਲ ਆਏ ਹਾਂ ਅਸੀਂ ਕਿਉਂਕਿ ਬਹੁਤ ਸਾਰੇ ਪੱਤਰਕਾਰ ਭਾਈਆਂ ਦਾ ਜਾਂ ਆਮ ਸਾਡੇ ਚਾਹੁਣ ਵਾਲੇ ਲੋਕਾਂ ਦਾ ਇੱਕ ਸ਼ਿਕਵਾ ਰਹਿੰਦਾ ਸੀ ਕਿ ਤੁਸੀਂ ਇਹੋ ਜਿਹੇ ਮੁੱਦਿਆਂ 'ਤੇ ਫਿਲਮਾਂ ਨਹੀਂ ਬਣਾਉਂਦੇ ਜਿਹੜੇ ਪੰਜਾਬ ਦੇ ਮੁੱਦੇ ਨੇ ਸੋ ਇਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਫਿਲਮ ਹੈ ਅਤੇ ਤੁਸੀਂ ਇਸ ਫਿਲਮ ਨੂੰ ਜੇ ਤੁਹਾਨੂੰ ਚੰਗੀ ਲੱਗਦੀ ਹੈ ਜ਼ਰੂਰ ਆਪਣੀ ਪੋਸਟ ਪਾਓ ਜਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਕਿ ਫਿਲਮ ਕਿਹੋ ਜਿਹੀ ਤੁਹਾਨੂੰ ਲੱਗੀ ਇਹੋ ਜਿਹੀਆਂ ਫਿਲਮਾਂ ਨੂੰ ਹੁੰਗਾਰਾ ਦੇਣਾ ਸਾਡਾ ਆਪਣਾ ਪੰਜਾਬੀਆਂ ਦਾ ਫਰਜ਼ ਬਣਦਾ ਹੈ ਤਾਂ ਕਿ ਸਿਨੇਮਾ ਇਸੇ ਤਰ੍ਹਾਂ ਵੱਧਦਾ ਫੁੱਲਦਾ ਰਹੇ ਬਹੁਤ ਮਿਹਰਬਾਨੀ ਸਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਪਿਆਰ ਭਰੀ ਇੱਥੇ ਤੱਕ ਮੇਰੀ ਆਵਾਜ਼ ਆ ਰਹੀ ਹੈ ਇੱਕ ਵਾਰੀ ਤੁਸੀਂ ਦੇਖ ਲਓ ਫਿਲਮ ਅਤੇ ਫਿਰ ਜਿੱਦਾਂ ਵੀਰੇ ਨੇ ਕਿਹਾ ਹੈ ਇਹਦੇ ਬਾਰੇ ਜ਼ਰੂਰ ਆਪਣਾ ਜਿਹੜਾ ਤੁਹਾਡਾ ਰਿਵਿਊ ਹੋਊਗਾ ਜੋ ਵੀ ਓਨੈਸਟ ਜੋ ਵੀ ਰਿਵਿਊ ਹੋਊਗਾ ਸਾਡੀਆਂ ਕਮੀਆਂ ਵੀ ਰਹੀਆਂ ਹੋਣਗੀਆਂ ਜ਼ਰੂਰ ਹੈ ਨਾ ਉਹ ਵੀ ਲਿਖਿਓ ਜੋ ਤੁਹਾਨੂੰ ਚੰਗਾ ਲੱਗਿਆ ਉਹ ਵੀ ਲਿਖਿਓ ਕਿਉਂਕਿ ਪੈਸਾ ਕਮਾਉਣ ਲਈ ਬਹੁਤ ਫਿਲਮਾਂ ਬਣਦੀਆਂ ਹੈ ਨਾ ਤਾਂ ਬਹੁਤ ਘੱਟ ਵਿਸ਼ੇ ਇੱਦਾਂ ਦੇ ਹੁੰਦੇ ਆ ਮਤਲਬ ਬਹੁਤ ਘੱਟ ਪ੍ਰੋਡਿਊਸਰ ਇੱਦਾਂ ਦੇ ਹੁੰਦੇ ਜਿਹੜੇ ਲੀਕ ਤੋਂ ਹਟ ਕੇ ਰਿਸਕ ਲੈਂਦੇ ਹੈ ਨਾ ਜੀ ਸੋ ਹਮੇਸ਼ਾ ਸਾਨੂੰ ਅਸੀਂ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂ ਸਾਰੇ ਮੀਡੀਆ ਵੀ ਲੋਕ ਵੀ ਕਹਿੰਦੇ ਰਹਿੰਦੇ ਵੀ ਬਾਈ ਜੀ ਆਹ ਇਹਦੇ ਬਾਰੇ ਕੋਈ ਗਾਣਾ ਨਹੀਂ ਆਉਂਦਾ ਜਾਂ ਇਸ ਵਿਸ਼ੇ ਬਾਰੇ ਕੋਈ ਫਿਲਮ ਨਹੀਂ ਆਉਂਦੀ ਹੈਗੀ ਹੈ ਨਾ ਤਾਂ ਜਦੋਂ ਇੱਦਾਂ ਦਾ ਕੁਛ ਆਉਂਦਾ ਇਹ ਤਾਂ ਮੈਨੂੰ ਲੱਗਦਾ ਕਿ ਆਪਾਂ ਸਾਰੇ ਜਿਹਨੂੰ ਸਪੋਰਟ ਕਰਾਂਗੇ ਤਾਂ ਅੱਗੇ ਵਾਸਤੇ ਸਾਨੂੰ ਵੀ ਹੌਸਲਾ ਹੋਊਗਾ ਵੀ ਹਾਂ ਯਾਰ ਜੇ ਅਸੀਂ ਕੋਈ ਸਾਰਥਕ ਕੋਈ ਚੰਗੀ ਗੱਲ ਸਮਾਜ ਦੀ ਕਰਾਂਗੇ ਤਾਂ ਲੋਕ ਉਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਹੈ ਨਾ ਤਾਂ ਮਤਲਬ ਬਹੁਤ ਜ਼ਰੂਰੀ ਆ ਤੁਹਾਡਾ ਸਾਰਿਆਂ ਦਾ ਸਾਥ ਅਤੇ ਥੈਂਕ ਯੂ ਤੁਸੀਂ ਆਏ ਹੋ ਫਿਲਮ ਦੇਖਣ ਹੈ ਨਾ ਇਸ ਫਿਲਮ ਦੀ ਇੱਕ ਆਰਟਿਸਟ ਵੀ ਤੁਹਾਡੇ ਬਹਿ ਕੇ ਫਿਲਮ ਦੇਖਦੀ ਹੈ ਤਾਂ ਫਿਲਮ ਦੇਖਣ ਤੋਂ ਬਹੁਤ बंदे बनो बंदे